ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਸਾਰੇ ਠੀਕ ਠਾਕ ਹੋਮੋਂਗੇ ਪਿਛਲੇ ਦਿਨੀ ਸਿਉਾਂ ਦੀ ਗੱਲ ਬੜੀ ਵਾਇਰਲ ਹੋਈ ਤਾਂ ਮੈਸਿਓ ਇਹ ਸਿਉ 150 ਰੁਪਏ ਦੇ 1/2 ਕਿਲੋ ਲੈਂਦੇ ਗਏ ਨੇ ਚੋਰੀ ਕੀਤੇ ਹੋਏ ਪੇਟੀ ਚੋਂ ਨਹੀਂ ਐ ਸਿਉਾਂ ਨੇ ਪੰਜਾਬੀਆਂ ਦੇ ਉੱਤੇ ਦਾਗ ਲਾਇਆ ਪੰਜਾਬੀ ਉੱਤੇ ਦਾਗ ਲਾਇਆ ਵੀ ਅਸੀਂ ਸਿਉ ਚੱਕ ਬਣ ਗਏ ਉਹਨਾਂ ਨੂੰ ਫੜੇ ਵੀ ਗਏ ਪੁਲਿਸ ਨੂੰ ਮੈਂ ਕਹਿੰਦਾ ਬਹੁਤ ਵਧੀਆ ਗੱਲ ਐ ਫੜੇ ਜਾਣੇ ਚਾਹੀਦੇ ਸੀ ਪਰਚੇ ਵੀ ਹੋ ਗਏ ਵਧੀਆ ਗੱਲ ਹੋ ਜਾਣੇ ਚਾਹੀਦੇ ਸੀ ਪਰ ਜਿਨ੍ਹਾਂ ਨੇ 70 80 ਸਾਲਾਂ ਦੇ ਵਿੱਚ ਪੰਜਾਬ ਲੁੱਟਿਆ ਉਹਨਾਂ ਤੇ ਪਰਚੇ ਕਿਉਂ ਨਹੀਂ ਜਿਨ੍ਹਾਂ ਨੇ ਚਿੱਟਾ ਵੇਚ ਕੇ ਨੌਜਵਾਨ ਪੁੱਤ ਮਾਰੇ ਮਾਪਿਆਂ ਦੇ ਕਲਉਤੇ ਪੁੱਤ ਮਾਰੇ ਉਹਨਾਂ ਤੇ ਪਰਚਾ ਕਿਉਂ ਨਹੀਂ ਜਿਨ੍ਹਾਂ ਨੇ ਸਰਕਾਰੀ ਦਫਤਰਾਂ ਦੇ ਵਿੱਚ ਬਹਿ ਕੇ ਪੈਨਸ਼ਨ ਜਿਹੜੇ ਲੈਂਦੇ ਬਜ਼ੁਰਗ ਨੇ ਉਹਨਾਂ ਦੇ ਪੈਸੇ ਖਾਦੇ ਉਹਨਾਂ ਤੇ ਪਰਚਾ ਕਿਉਂ ਨਹੀਂ ਮੇਰਾ ਸਵਾਲ ਹੈ ਜਿਨ੍ਹਾਂ ਨੇ ਪੰਜਾਬ ਦੇ ਸਰਕਾਰੀ ਦਫਤਰਾਂ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਹਰ ਇੱਕ ਉਹ ਸਰਕਾਰੀ ਮਹਿਕਮੇ ਜੀ ਲੁੱਟ ਮਚਾਈ ਉਹਨਾਂ ਤੇ ਪਰਚਾ ਕਿਉਂ ਨਹੀਂ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਰੋਜ਼ਗਾਰ ਖਾਦੇ ਉਨ੍ਹਾਂ ਤੇ ਪਰਚੇ ਕਿਉਂ ਨਹੀਂ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਧੱਕਿਆ ਜਾਣਬੁੱਝ ਕੇ ਇੱਥੇ ਕੰਮਕਾਰ ਨਹੀਂ ਦਿੱਤੇ 70 ਸਾਲਾਂ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇਆ ਇਹਨਾਂ ਰਾਜਨੀਤਿਕ ਲੀਡਰਾਂ ਤੇ ਪਰਚੇ ਕਿਉਂ ਨਹੀਂ ਇਹਨਾਂ ਨੂੰ ਜੇਲਾਂ ਚੱਕ ਕੇ ਕਿਉਂ ਨਹੀਂ ਛੱਡਿਆ ਜਾਂਦਾ ਇਹਨਾਂ ਸਾਰੇ ਆ ਮੁੱਦਿਆਂ ਦੇ ਉੱਤੇ ਸਭ ਤੋਂ ਵੱਡਾ ਮੁੱਦਾ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਕਿਉਂ ਨਹੀਂ ਡੱਕਿਆ ਗਿਆ ਸੇਬਾਂ ਚੱਕਣ ਵਾਲਿਆਂ ਤੇ ਸਿਉਂ ਚੱਕਣ ਵਾਲੋਂ ਫੜ ਕੇ ਜੇਲਾਂ ਵਿੱਚ ਡੱਕ ਦਿੱਤਾ ਚੰਗੀ ਗੱਲ ਹੈ ਹੋਣਾ ਚਾਹੀਦਾ ਸੀ ਪਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਕਹਦਾ ਠੀਕ ਹੈ ਉਹਨਾਂ ਨੂੰ ਉਹਦੇ ਕੀਤੇ ਦੀ ਸਜ਼ਾ ਮਿਲ ਗਈ ਬਹੁਤ ਬਦਨਾਮੀ ਹੋ ਗਈ ਦੇਸ਼ ਦੇ ਵਿੱਚ ਯਾਰ ਹੁਣ ਤੁਸੀਂ ਪਰਚੇ ਪਾ ਦੋਗੇ ਤਾਂ ਕੱਲ ਨੂੰ ਉਹ ਤਰੀਕਾ ਤੇ ਆਉਣਗੇ ਇਹ ਬਹੁਤ ਗਾਂਧੀਆ ਗੱਲ ਜਾਣੀ ਹੈ ਉਹਨਾਂ ਨੇ ਪੈਸੇ ਜਿਹਨੇ ਭਰਤੇ ਉਹਨਾਂ ਦਾ ਧੰਨਵਾਦ ਮਾਫੀ ਮੰਗ ਕੇ ਉਹਨਾਂ ਦਾ ਮੈਨੂੰ ਲੱਗਦਾ ਹੈ ਛਟਕਾਰਾ ਕਰ ਦੇਣਾ ਚਾਹੀਦਾ ਅਗਲੀ ਗੱਲ ਗੁਰੂ ਸਾਹਿਬ ਦੀ ਬੇਅਦਬੀ ਨੂੰ ਕਿੰਨੇ ਸਾਲ ਹੋ ਗਏ ਉਹ ਦੋਸ਼ੀਆਂ ਨੂੰ ਪਾਹੇ ਕਿਉਂ ਨਹੀਂ ਲਾਇਆ ਜਾਂਦਾ ਕਿਉਂ ਸਾਨੂੰ ਇਨਸਾਫ ਨਹੀਂ ਮਿਲਦਾ ਪੰਜਾਬ ਦੀ ਨੌਜਵਾਨੀ ਚਿੱਟੇ ਨੇ ਖਾਲੀ ਚਿੱਟਿਆਂ ਵਾਲੇ ਦੇ ਪਰਚੇ ਕਿਉਂ ਨਹੀਂ ਭਗਵੰਤ ਸਿੰਘ ਮਾਨ ਬਾਈ ਕਿਉਂ ਚਿੱਟਾ ਨਸ਼ਾ ਬੰਦ ਨਹੀਂ ਕਰ ਸਕਦੇ ਤੁਸੀਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੀਆਂ ਟ੍ਰਾਂਸਪੋਰਟ ਖਾਦੀ ਪੰਜਾਬ ਦੀਆਂ ਬੱਸਾਂ ਖਾਦੀਆਂ ਪੰਜਾਬ ਦੇ ਟਰੱਕ ਜੂਨੀਆਂ ਖਾ ਗਏ ਪੰਜਾਬ ਦੇ ਟਰੱਕਾਂ ਦੇ ਵਿੱਚ ਜਿਹੜਾ ਮਾਲ ਸੀ ਉਹਨਾਂ ਦੇ ਵਿੱਚੋਂ ਕੱਡ-ਕੱਡ ਪੈਸੇ ਖਾ ਗਏ ਕੋਈ ਪੰਜਾਬ ਦੇ ਚ ਸਰਕਾਰੀ ਕਾਲਜ ਕੋਈ ਸਰਕਾਰੀ ਦਫ਼ਤਰ ਕੋਈ ਐਸ ਡੀ ਐਮ ਦਫ਼ਤਰ ਵੱਡੇ ਵੱਡੇ ਕਚਹਿਰੀਆਂ ਬੜੀਆਂ ਸੀ ਪਿਛਲੀ ਵਾਰੀ ਜਿਨ੍ਹਾਂ ਨੇ ਉਹਨਾਂ 'ਚ ਕਪਲੇ ਕੀਤੇ ਉਹਨਾਂ ਤੇ ਪਰਚੇ ਕਿਉਂ ਨਹੀਂ ਜਿਲ੍ਹਾ 'ਚ ਕਿਉਂ ਨਹੀਂ ਸਰਕਾਰੀ ਫਟਬਾਥਾਂ ਖਾ ਗਏ ਸਰਕਾਰੀ ਸੜਕਾਂ ਖਾ ਗਏ ਸਰਕਾਰੀ ਮਸ਼ੀਨਰੀ ਖਾ ਗਏ ਉਹਨਾਂ ਤੇ ਪਰਚੇ ਕਿਉਂ ਨਹੀਂ ਇੱਥੋਂ ਤੱਕ ਕਿ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਦੇ ਲਈ ਆਈਆਂ ਜਿਹੜੀਆਂ ਲੈਟਰੀਨਾਂ ਬਣਨੀਆਂ ਸੀ ਜਿਨ੍ਹਾਂ ਨੂੰ ਟਟੀਆਂ ਕਹਿੰਦੇ ਜੇ ਟਟੀਆਂ ਖਾ ਗਏ ਉਹਨਾਂ ਤੇ ਪਰਚੇ ਕਿਉਂ ਨਹੀਂ ਜਿਹੜੇ ਸਾਡੇ ਛੱਪੜ ਖਾ ਗਏ ਇਹਨਾਂ ਜ਼ਮੀਨ ਜਾਇਦਾਦ ਨੱਪ ਕੇ ਸਰਕਾਰੀ ਉਹਨਾਂ ਦੇ ਪਰਚੇ ਕਿਉਂ ਨਹੀਂ ਸਰਕਾਰੀ ਸਕੂਲ ਖਾ ਗਏ ਉਹਨਾਂ ਦੇ ਪਰਚੇ ਦੇ ਕੇ ਜੇਲ੍ਹਾਂ 'ਚ ਕਿਉਂ ਨਹੀਂ ਡਟਿਆ ਪੰਜਾਬ ਦੀ ਨੌਜਵਾਨੀ ਦੇ ਨਾਲ-ਨਾਲ ਪੰਜਾਬ ਦੀ ਆਉਣ ਵਾਲੀਆਂ ਪੀੜ੍ਹੀਆਂ ਖਾ ਗਏ ਸਾਡਾ ਵਿਨਾਸ਼ ਹੋਇਆ ਪਿਆ ਉਹਨਾਂ ਤੇ ਪਰਚੇ ਕਿਉਂ ਨਹੀਂ ਪੰਜਾਬੀ ਮਾਂ ਬੋਲੀ ਕਿੱਥੇ ਤੱਕ ਤੀ ਮਾਂ ਬੋਲੀ ਦੇ ਜਿਹੜੇ ਸੁਪੁੱਤਰ ਸੀ ਜਿਹੜੇ ਆਪਦੇ ਆਪ ਨੂੰ ਵੱਡੇ-ਵੱਡੇ ਰਾਈਟਰ ਲੇਖਕ ਜਿਹਨਾਂ ਦੇ ਵੱਡੇ-ਵੱਡੇ ਨਾਮ ਨੇ ਉਹਨਾਂ ਤੇ ਪਰਚੇ ਕਿਉਂ ਨਹੀਂ ਵੀ ਉਹਨਾਂ ਨੇ ਮਾਂ ਬੋਲੀ ਦੀ ਕੀਤਾ ਕੀ ਪੰਜਾਬ ਦਾ ਸਾਰਾ ਰੇਤਾ ਖਾ ਗਏ ਦ੍ਰਿਆਮਾਲਾ ਉਹਨਾਂ ਤੇ ਪਰਚੇ ਕਿਉਂ ਨਹੀਂ ਇਸ ਪਵਨ ਜਿਨ ਮਿੱਟੀ ਨੂੰ ਅਸੀਂ ਮਾਂ ਕਹਿੰਦੇ ਆ ਇਹ ਮਿੱਟੀਓ ਹੀ ਖਾ ਗਏ ਉਹਨਾਂ ਤੇ ਪਰਚੇ ਕਿਉਂ ਨਹੀਂ ਉਹਨਾਂ ਨੂੰ ਜੇਲ੍ਹਾਂ ਚ ਕਿਉਂ ਨਹੀਂ ਪੰਜਾਬ ਦੀਆਂ ਗੋਲੀਆਂ ਪੰਜਾਬ ਦਾ ਵਿੱਚ ਡਰੱਗ ਮਾਫੀਆ ਸਾਰਾ ਇਹਨਾਂ ਤੇ ਪਰਚੇ ਕਿਉਂ ਨਹੀਂ ਉਹਨਾਂ ਸਰਕਾਰੀ ਡਾਕਟਰਾਂ ਤੇ ਪਰਚੇ ਕਿਉਂ ਨਹੀਂ ਜਿਨ੍ਹਾਂ ਨੇ ਆਪਣੇ ਪ੍ਰਾਈਵੇਟ ਹਸਪਤਾਲ ਖੋਲ੍ਹੇ ਨੇ ਇਹ ਸਰੰਗਲੇ ਹਸਦੇ ਵੱਸਦੇ ਪੰਜਾਬ ਨੂੰ ਆ ਦਿਖਾਦੇ ਚਾਰੇ ਪਾਸੇ ਦਰਖਤ ਨੇ ਕਿੰਨਾ ਸੋਹਣਾ ਪੰਜਾਬ ਹੈ ਜਿਹੜੇ ਪੰਜਾਬ ਦੇ ਦਰਖਤ ਖਾ ਗਏ ਪੰਜਾਬ ਦਾ ਵਾਤਾਵਰਣ ਖਾ ਗਏ ਤੇ ਪਰਚੇ ਕਿਉਂ ਨਹੀਂ ਸੇਵਾਾਂ ਚੱਕਣ ਵਾਲਿਆਂ ਤੇ ਪਰਚੇ ਤੇ ਉਹਨਾਂ ਨੂੰ ਜੇਲਾਂ 'ਚ ਦਿੱਤਾ ਚੰਗੀ ਗੱਲ ਹੈ ਪੰਜਾਬ ਦੀ ਬਦਨਾਮੀ ਕਰਾਈ ਸੀ ਸਾਰੇ ਦੇ ਵਿਰੁੱਧ ਬੁੱਲੇ ਬਹੁਤ ਵਧੀਆ ਕੀਤਾ ਪਰਚੇ ਦਿੱਤੇ ਪਰ ਜਿਨ੍ਹਾਂ ਨੇ ਪੰਜਾਬ ਦਾ ਵਿਨਾਸ਼ ਕੀਤਾ ਉਹਨਾਂ ਤੇ ਪਰਚੇ ਕਿਉਂ ਨਹੀਂ ਉਹਨਾਂ ਨੂੰ ਜੇਲਾਂ 'ਚ ਕਿਉਂ ਨਹੀਂ ਇਹ ਮੇਰੀਆਂ ਬੇਨਤੀਆਂ ਵੀ ਨੇ ਮੇਰੇ ਸਵਾਲ ਵੀ ਨੇ ਤੇ ਤੁਹਾਨੂੰ ਅਰਜ਼ ਵੀ ਹੈ ਕਿ ਅੱਜ ਤੁਸੀਂ ਪੰਜਾਬ ਦੇ ਵਿੱਚ ਮੈਂ ਜਗਰਾਉਂ ਦੇ ਨੇੜੇ ਜਗਰਾਉਂ ਦੇ ਰਹਿਣਾ ਜਗਰਾਉਂ ਦੇ ਨੇੜੇ ਤੜ ਦੀ ਗੱਲ ਕਰਦਾ ਜਿਨ੍ਹਾਂ ਨੇ ਸਰਕਾਰੀ ਸੜਕਾਂ ਖਾ ਗਏ ਜਿਹੜੇ ਉਹ ਜਿਹੜੇ ਬਜਟ ਸੀ ਪੁਲ ਖਾ ਗੇ ਰੇਲ ਗੱਡੀਆਂ ਖਾ ਗੇ ਉਹ ਜਿਹੜੇ ਪੁਲ ਖਾ ਗੇ ਕੰਕਰੀਟ ਖਾ ਗੇ ਯਾਰ 16 16 ਲੱਖ ਦੀਆਂ ਡੀਣੀ ਫੁੱਟ ਪੱਤਾ ਬਣਾਤੀਆਂ ਵੱਡੀਆਂ ਵੱਡੀਆਂ ਹਾਈਵੇ ਵਾਲੀਆਂ ਸੜਕਾਂ ਜਿਹੇ ਨਿਰਪਈਏ ਖਾ ਗੇ ਪੰਜਾਬ ਦਾ ਟੋਲ ਟੋਲ ਇੰਨੇ ਲਾਤੇ ਟੋਲ ਰਹੀਤ ਸਾਨੂੰ ਖਾਈ ਜਾਂਦੇ ਨੇ ਇਹਨਾਂ ਤੇ ਪਰਚੇ ਕਿਉਂ ਠੀਕ ਆ ਤੁਸੀਂ ਸਿਉਆਂ ਵਾਲੇ ਤੇ ਪਰਚੇ ਕਿਤੇ ਪਰ ਉਹਨਾਂ ਨੂੰ ਵੀ ਜੇਲਾ ਚ ਢੱਕੋ ਜਿਨ੍ਹਾਂ ਨੇ ਦੇਸ਼ ਖਾਦਾ ਜਿਹੜੇ ਦੇਸ਼ ਲੁੱਟ ਖਾ ਗਏ ਜਿਹੜੇ ਪੰਜਾਬ ਲੁੱਟ ਕੇ ਖਾ ਗਏ ਜਿਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸਾਨੂੰ ਇਨਸਾਫ ਦਿਓ ਇਹ ਮੈਂ ਮੰਗ ਕਰਦਾ ਸੋ ਆਓ ਨਵਾਂ ਪੰਜਾਬ ਸਰਜੀਏ ਬਹੁਤ ਹੋ ਗਈ ਹੁਣ ਸੇਬਾਂ ਵਾਲਿਆਂ ਨਾਲ ਛੱਡਦੀ ਹੁਣ ਸੇਬਾਂ ਵਾਲਿਆਂ ਨੂੰ ਹੁਣ ਪੰਜਾਬ ਲੁੱਟਣ ਵਾਲਿਆਂ ਤੇ ਪਰਚੇ ਇਹਨਾਂ ਨੂੰ ਕਹੀਏ ਪੰਜਾਬ ਲੁੱਟਣ ਵਾਲੇ ਤੇ ਪਰਚੇ ਕਰੋ ਨਸ਼ਾ ਜਿਨ੍ਹਾਂ ਨੇ ਰਾਗ-ਰਾਗ ਦੇ ਵਿੱਚ ਵੜਤਾ ਨੌਜਵਾਨੀ ਤੇ ਉਹਨਾਂ ਤੇ ਪਰਚੇ ਕਰੋ ਪੂਰੇ ਪੰਜਾਬ ਦੇ ਹਰ ਇੱਕ ਦਫ਼ਤਰ ਦੇ ਵਿੱਚ ਜਿਹੜੇ ਇਹ ਲਟੇਰੇ ਬੈਠੇ ਨੇ ਇਹਨਾਂ ਤੇ ਪਰਚੇ ਕਰਕੇ ਇਹਨਾਂ ਨੂੰ ਜੇਲਾਂ 'ਚ ਡਕੋ ਜਿਹੜੇ ਮੰਤਰੀ ਸੰਤਰੀ ਇੱਥੋਂ ਤੱਕ ਮੁੱਖ ਮੰਤਰੀ ਪੰਜਾਬ ਦੇ ਵਿੱਚ ਕਈ ਕਪੜੇ ਕਰਕੇ ਵਿਦੇਸ਼ਾਂ 'ਚ ਨੂੰ ਭੱਜ ਗਏ ਉਹਨਾਂ ਨੂੰ ਵਾਪਸ ਲਿਆ ਕੇ ਉਹਨਾਂ ਤੇ ਪਰਚੇ ਕਰੋ ਉਹਨਾਂ ਨੂੰ ਵੀ ਅੰਦਰ ਕਰੋ ਸੋ ਇਹ ਸਾਡੀ ਮੰਗ ਹੈ ਬਹੁਤ-ਬਹੁਤ ਧੰਨਵਾਦ ਜਿਉਂਦੇ ਵਾਸਤੇ